ਅੱਜ ਦੀ ਇਸ ਪ੍ਰਦੂਸ਼ਣ ਭਰਪੂਰ ਦੁਨੀਆ ਵਿੱਚ ਮਨੁੱਖ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਹੈ ਕਿ ਹਰਿਆਲੀ ਦੀ, ਹਰਿਆਵਲ ਦੀ ਅਤੇ ਬੂਟਿਆਂ ਦਰੱਖਤਾਂ ਦੀ ਕਿੰਨੀ ਅਹਿਮੀਅਤ ਹੈ, ਅਤੇ ਇਸੇ ਅਹਿਮੀਅਤ ਨੂੰ ਸਾਡੇ ਸਾਹਮਣੇ ਇੱਕ ਵਾਰ ਫਿਰ ਰੱਖਦਾ ਹੈ ਅੱਜ ਦੇ ਦਿਨ ਨਾਲ ਸੰਬੰਧਿਤ ਕੌਮਾਂਤਰੀ ਦਿਵਸ, ਜਿਸ ਨੂੰ ਕਿ ਅੰਤਰਰਾਸ਼ਟਰੀ ਦਿਵਸ ਬੂਟਿਆਂ ਦੀ ਸਿਹਤ ਸੰਬੰਧੀ, ਯਾਨੀ ਕਿ ਇੰਟਰਨੈਸ਼ਨਲ ਡੇ ਆਫ ਪਲਾਂਟ ਹੈਲਥ ਵਜੋਂ ਮਨਾਇਆ ਜਾਂਦਾ ਹੈ। ਇੱਕ ਬੂਟੇ ਨੂੰ ਸਿਹਤਮੰਦ ਕਿਵੇਂ ਰੱਖਿਆ ਜਾਵੇ ਤਾਂ ਕਿ ਉਹ ਮਨੁੱਖੀ ਸਿਹਤ ਅਤੇ ਮਨੁੱਖੀ ਵਾਤਾਵਰਣ ਵਿੱਚ ਚੰਗਾ ਯੋਗਦਾਨ ਪਾਵੇ, ਉਸ ਉੱਤੇ ਚਰਚਾ ਹੁੰਦੀ ਹੈ ਅੱਜ ਦੇ ਦਿਨ, ਯਾਨੀ ਇੰਟਰਨੈਸ਼ਨਲ ਡੇ ਆਫ ਪਲਾਂਟ ਹੈਲਥ। ਇਸ ਦਿਨ ਸੰਬੰਧੀ ਆਓ ਜਾਣਕਾਰੀ ਹਾਸਲ ਕਰਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ। ਬੂਟੇ ਅਤੇ ਹਰਿਆਵਲ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਨੁਕਤਾ ਹੈ। ਸਾਡੇ ਖਾਣ ਪੀਣ ਵਿੱਚੋਂ 80% ਵਸਤਾਂ ਬੂਟਿਆਂ ਰਾਹੀਂ ਹੀ ਸਾਡੇ ਤੱਕ ਪਹੁੰਚਦੀਆਂ ਨੇ। ਬੂਟੇ ਹੀ ਉਹਨਾਂ ਨੂੰ ਜਨਮ ਦਿੰਦੇ ਨੇ, ਅਤੇ ਖੇਤਾਂ ਵਿੱਚ ਵੀ ਜੋ ਪੈਦਾਵਾਰ ਹੁੰਦੀ ਹੈ ਉਹ ਬੂਟਿਆਂ ਦੇ ਰੂਪ ਵਿੱਚ ਹੀ ਹੁੰਦੀ ਹੈ। ਇਸ ਤੋਂ ਇਲਾਵਾ ਸਾਨੂੰ ਜੀਵਨ ਜੀਣ ਲਈ ਜੋ ਆਕਸੀਜਨ ਚਾਹੀਦੀ ਹੁੰਦੀ ਹੈ ਉਸ ਦਾ 98% ਹਿੱਸਾ ਵੀ ਬੂਟਿਆਂ ਅਤੇ ਇਸੇ ਹਰਿਆਵਲ ਰਾਹੀਂ ਹੀ ਸਾਡੇ ਤੱਕ ਪਹੁੰਚਦਾ ਹੈ। ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਮਨੁੱਖੀ ਜੀਵਨ ਵਿੱਚ ਅਤੇ ਮਨੁੱਖ ਨੂੰ ਆਪਣੇ ਆਪ ਨੂੰ ਤੰਦਰੁਸਤ ਅਤੇ ਤੁਰਦਾ ਫਿਰਦਾ ਰੱਖਣ ਲਈ ਬੂਟੇ ਕਿੰਨਾ ਵੱਡਾ ਯੋਗਦਾਨ ਪਾਉਂਦੇ ਨੇ, ਅਮੁੱਲ ਚੀਜ਼ਾਂ ਮਨੁੱਖ ਤੱਕ ਪਹੁੰਚਾਉਂਦੇ ਨੇ। ਇੰਨੀ ਅਹਿਮੀਅਤ ਦੇ ਬਾਵਜੂਦ ਪਿਛਲੇ ਕੁਝ ਸਾਲਾਂ ਦੌਰਾਨ ਵਿਕਾਸ ਦੀ ਅੰਨੀ ਹੋੜ ਵਿੱਚ ਮਨੁੱਖ ਨੇ ਆਪਣੇ ਲਾਲਚ ਲਈ ਨਾ ਸਿਰਫ ਕੁਦਰਤ ਦਾ ਵੱਡੇ ਪੱਧਰ ਉੱਤੇ ਨੁਕਸਾਨ ਕੀਤਾ ਬਲਕਿ ਬੂਟਿਆਂ ਵੱਲ ਵੀ, ਉਹਨਾਂ ਦੀ ਸਾਂਭ ਸੰਭਾਲ ਵੱਲ ਵੀ ਧਿਆਨ ਦੇਣਾ ਘੱਟ ਕਰ ਦਿੱਤਾ। ਕੁਦਰਤੀ ਬੂਟਿਆਂ ਦੀ ਥਾਂ ਬਣਾਉਟੀ ਅਤੇ ਆਕਰਸ਼ਕ ਨਜ਼ਰ ਆਉਣ ਵਾਲੇ ਪਰ ਜਾਲੀ ਕਿਸਮ ਦੇ ਮਨੁੱਖ ਵੱਲੋਂ ਤਿਆਰ ਕੀਤੇ ਬੂਟੇ ਸਜਾਵਟ ਲਈ ਵਰਤਣੇ ਸ਼ੁਰੂ ਕੀਤੇ ਨੇ। ਇਸ ਨਾਲ ਦੁਨੀਆ ਪੱਧਰ ਉੱਤੇ ਚੌਗਿਰਦੇ ਸੰਬੰਧੀ ਕਈ ਤਰ੍ਹਾਂ ਦੇ ਵਿਗਾੜ ਸਾਹਮਣੇ ਆਏ ਨੇ। ਇਹਨਾਂ ਵਿਗਾੜਾਂ ਨੂੰ ਦੂਰ ਕਰਨ ਅਤੇ ਬੂਟਿਆਂ ਦੀ ਅਹਿਮੀਅਤ ਮਨੁੱਖ ਨੂੰ ਸਮਝਾਉਣ ਲਈ ਇੱਕ ਅਹਿਮ ਉਪਰਾਲਾ ਕਰਦਾ ਹੈ ਇੰਟਰਨੈਸ਼ਨਲ ਡੇ ਆਫ ਪਲਾਂਟ ਹੈਲਥ, ਜਿਸ ਤਹਿਤ ਹਰ ਸਾਲ ਸਮਾਗਮ ਹੁੰਦੇ ਨੇ ਅਤੇ ਦੁਨੀਆ ਭਰ ਵਿੱਚ ਬੂਟਿਆਂ ਨੂੰ ਸਿਹਤਮੰਦ, ਨਰੋਆ ਅਤੇ ਉਸ ਹਾਲਤ ਵਿੱਚ ਰੱਖਣ ਲਈ ਸੁਨੇਹਾ ਦਿੱਤਾ ਜਾਂਦਾ ਹੈ ਜਿਸ ਹਾਲਤ ਵਿੱਚ ਬੂਟੇ ਮਨੁੱਖੀ ਵਾਤਾਵਰਨ, ਸਿਹਤ ਸਹੂਲਤਾਂ ਅਤੇ ਕੁਦਰਤ ਦਾ ਸਮਤੋਲ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾ ਸਕਣ। ਕਰੋਨਾ ਵਾਲਾ ਸਾਲ, ਯਾਨੀ ਕਿ ਸਾਲ 2020 ਦੁਨੀਆ ਭਰ ਵਿੱਚ ਬੂਟਿਆਂ ਦੀ ਸਿਹਤ ਸੰਬੰਧੀ ਇੱਕ ਕੌਮਾਂਤਰੀ ਸਾਲ ਵਜੋਂ ਸਮਰਪਿਤ ਕੀਤਾ ਗਿਆ ਸੀ, ਅਤੇ ਉਸੇ ਰੀਤ ਨੂੰ ਅੱਗੇ ਤੋਰਦੇ ਹੋਏ ਹੁਣ 12 ਮਈ ਦੇ ਅੰਤਰਰਾਸ਼ਟਰੀ ਪਲਾਂਟ ਹੈਲਥ ਦਿਵਸ ਮੌਕੇ ਬੂਟਿਆਂ ਸੰਬੰਧੀ ਹੋਰ ਜਾਗਰੂਕਤਾ ਫੈਲਾਈ ਜਾਂਦੀ ਹੈ, ਅਤੇ ਇਹ ਵੀ ਦੱਸਿਆ ਜਾਂਦਾ ਹੈ ਦੁਨੀਆ ਨੂੰ ਕਿ ਬੂਟੇ ਨਾ ਸਿਰਫ ਮਨੁੱਖ ਦੀ ਭੁੱਖ ਮਿਟਾਉਣ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ ਬਲਕਿ ਗਰੀਬੀ ਨੂੰ ਘੱਟ ਕਰਨ ਵਿੱਚ ਵੀ ਇਹਨਾਂ ਦਾ ਯੋਗਦਾਨ ਹੁੰਦਾ ਹੈ, ਅਤੇ ਆਰਥਿਕ ਯੋਗਦਾਨ ਵੀ ਇਹਨਾਂ ਦਾ ਵੱਡੇ ਪੱਧਰ ਉੱਤੇ ਸਾਹਮਣੇ ਆਉਂਦਾ ਹੈ। ਇੰਟਰਨੈਸ਼ਨਲ ਡੇ ਆਫ ਪਲਾਂਟ ਹੈਲਥ ਨੂੰ ਬਾਕਾਇਦਾ ਸੰਯੁਕਤ ਰਾਸ਼ਟਰ, ਯਾਨੀ ਕਿ ਯੂਨਾਈਟਿਡ ਨੇਸ਼ਨਸ ਵੱਲੋਂ ਵੀ ਮਾਨਤਾ ਮਿਲੀ ਹੋਈ ਹੈ, ਜਿਨ੍ਹਾਂ ਨੇ 12 ਮਈ ਦਾ ਦਿਨ ਇਸ ਕਾਰਜ ਲਈ ਤੈਅ ਕੀਤਾ ਸੀ।
ਤਾਂ ਕਿ ਦੁਨੀਆ ਪੱਧਰ ਉੱਤੇ ਬੂਟਿਆਂ ਸੰਬੰਧੀ ਅਤੇ ਉਹਨਾਂ ਦੀ ਦੇਖਭਾਲ ਸੰਬੰਧੀ ਮਨੁੱਖ ਨੂੰ ਜਾਗਰੂਕ ਕੀਤਾ ਜਾ ਸਕੇ।